ਸ਼ਸ਼ੀਗਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕੇ YouTube ਚੈਨਲ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਟੀਚਰ ਸਰਕੂਟਮੈਂਟ ਦੀਆਂ ਭਰਤੀਆਂ ਸਟਾਰਟ ਹੋ ਗਈਆਂ ਹਨ ਦੋਸਤੋ ਵੈਬਸਾਈਟ ਤੇ ਅਫੀਸ਼ੀਅਲ ਵੈਬਸਾਈਟ ਤੇ ਆਨਲਾਈਨ ਦੀ ਆਪਸ਼ਨ ਖੁੱਲ ਗਈ ਆ ਅੱਜ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਇਹਨਾਂ ਐਗਜ਼ਾਮ ਲਈ ਅਪਲਾਈ ਕਿਸ ਤਰ੍ਹਾਂ ਕਰ ਸਕਦੇ ਹੋ ਦੋਸਤੋ ਚਲੋ ਮੈਂ ਤੁਹਾਨੂੰ ਲੈ ਚੱਲਦਾ ਇਹਦੀ ਅਫੀਸ਼ੀਅਲ ਵੈਬਸਾਈਟ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਦੋਸਤੋ ਫਾਰਮ ਅਪਲਾਈ ਕਰਨ ਲਈ ਸਭ ਤੋਂ ਪਹਿਲਾਂ Google Chrome ਦੇ ਵਿੱਚ ਜਾ ਕੇ ਵੈਬਸਾਈਟ ਸਰਚ ਕਰਨੀ ਆ ਐਜੂਕੇਸ਼ਨ ਰਿਕੁਆਇਰਮੈਂਟ ਬੋਰਡ ਪਹਿਲਾ ਲਿੰਕ ਹੈ ਐਜੂਕੇਸ਼ਨ ਰਿਕੁਆਇਰਮੈਂਟ ਬੋਰਡ ਦੋਸਤੋ ਇਸ ਤੇ ਆਪਾਂ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਅਫੀਸ਼ੀਅਲੀ ਵੈਬਸਾਈਟ ਹੈ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਦੋਸਤੋ ਇਸਾ ਨੋਟੀਫਿਕੇਸ਼ਨ ਆ ਰਿਹਾ ਲੇਟੈਸਟ ਸਰਕੂਲਰਸ ਰਿਕਰੂਟਮੈਂਟ ਆਫ ਅ ਵੇਰੀਅਸ 2182 ਪੋਸਟ ਆਫ ਮਾਸਟਰ ਕੈਡਰ 2020 ਇਸ ਤੇ ਕਲਿੱਕ ਕਰਾਂਗੇ ਇਸ ਤੇ ਕਲਿੱਕ ਕਰਨ ਤੋਂ ਦੋਸਤੋ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਆ ਰਿਹਾ ਹੈ ਤੇ ਤੁਸੀਂ ਪਬਲਿਕ ਨੋਟਿਸ ਫਾਰ ਰਿਕਰੂਟਮੈਂਟ ਮਾਸਟਰ ਕੈਡਰ ਟੀਚਰ ਇੱਥੇ ਸਾਰੀਆਂ ਤੁਸੀਂ ਨੋਟੀਫਿਕੇਸ਼ਨਾਂ ਪੜ੍ਹ ਸਕਦੇ ਹੋ ਜੋ ਸਰਕੂਲਰ ਜਾਰੀ ਹੋਇਆ ਹੈ ਦੋਸਤੋ ਲੌਗਇਨ ਫਾਰ ਰਜਿਸਟਰਡ ਯੂਜ਼ਰਸ ਤੇ ਸਭ ਤੋਂ ਪਹਿਲਾਂ ਤੁਸੀਂ ਦੋਸਤੋ ਰਜਿਸਟਰ ਹੇਅਰ ਰਜਿਸਟਰਡ ਤੇ ਕਲਿੱਕ ਕਰਨਾ ਹੈ ਇੱਥੇ ਰਜਿਸਟਰ ਇਸ ਤਰ੍ਹਾਂ ਹੈ ਤੁਸੀਂ ਰਜਿਸਟਰ ਕਰ ਸਕਦੇ ਸਭ ਤੋਂ ਪਹਿਲਾਂ ਤੁਸੀਂ ਰਜਿਸਟਰ ਤੇ ਕਲਿੱਕ ਕਰਨਾ ਰਜਿਸਟਰ ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਕੁਝ ਟਰਮ ਐਗਰੀਮੈਂਟ ਹੈ ਤੁਸੀਂ ਚੰਗੀ ਤਰ੍ਹਾਂ ਪੜ ਲੈਣੀਆਂ ਜਿਵੇਂ ਸਭ ਤੋਂ ਪਹਿਲਾਂ ਵਿਗਿਆਪਨ ਦੀਆਂ ਸਾਰੀਆਂ ਸ਼ਰਤਾਂ ਨੂੰ ਧਿਆਨ ਨਾਲ ਪੜ ਲਿਆ ਜਾਵੇ ਤੇ ਪੜਨੋਂ ਪ੍ਰੰਤ ਅਪਲਾਈ ਕੀਤਾ ਜਾਵੇ ਸਭ ਤੋਂ ਪਹਿਲਾਂ ਆਪ ਵੱਲੋਂ ਰਜਿਸਟ੍ਰੇਸ਼ਨ ਫਾਰਮ ਪਰ ਆ ਜਾਵੇਗਾ ਇੱਕ ਪ੍ਰੇਖਿਆਰਤੀ ਵੱਲੋਂ ਸਿਰਫ ਇੱਕ ਵਾਰੀ ਰਜਿਸਟਰ ਕੀਤਾ ਜਾਵੇਗਾ ਭਾਵੇਂ ਉਸਨੇ ਇੱਕ ਤੋਂ ਵੱਧ ਵਿਸ਼ਿਆਂ ਲਈ ਅਪਲਾਈ ਕਰਨਾ ਹੋਵੇ ਦੋਸਤੋ ਇਹ ਧਿਆਨ ਰੱਖੋ ਤੁਸੀਂ ਇੱਕ ਵਾਰੀ ਰਜਿਸਟਰ ਕਰ ਸਕਦੇ ਹੋ ਰਜਿਸਟ੍ਰੇਸ਼ਨ ਕਰਨ ਉਪਰੰਤ ਆਪ ਨੂੰ ਲੌਗਇਨ ਅਤੇ ਪਾਸਵਰਡ ਸਕਰੀਨ ਉੱਤੇ ਦਿਖਾਈ ਦਿਖਾਏ ਜਾਣਗੇ ਤੇ ਮੋਬਾਈਲ ਉੱਤੇ ਐਸਐਮਐਸ ਵੀ ਭੇਜਿਆ ਜਾਵੇਗਾ ਲੌਗਇਨ ਅਤੇ ਪਾਸਵਰਡ ਨੂੰ ਧਿਆਨ ਨਾਲ ਨੋਟ ਕਰ ਲਿਆ ਜਾਵੇ ਲੌਗਇਨ ਕਰਨ ਉਪਰੰਤ ਸਭ ਤੋਂ ਪਹਿਲਾਂ ਜਰਨਲ ਪ੍ਰੋਫਾਈਲ ਭਰਿਆ ਜਾਵੇਗਾ ਤੇ ਉਸ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਅਪਰੂਵ ਕੀਤਾ ਜਾਵੇ ਇਸ ਉਪਰੰਤ ਆਪਣੀ ਫੋਟੋ 40kb ਤੋਂ ਘੱਟ ਅਤੇ ਹਸਤਾਖਰ 25kb ਤੋਂ ਘੱਟ ਸਕੈਨ ਕਰਕੇ ਅਪਲੋਡ ਕੀਤੇ ਜਾਣ ਦੋਵੇਂ ਹੀ ਜੇਪੀਜੀ ਫਾਈਲ ਫਾਰਮੈਟ ਵਿੱਚ ਹੋਣ ਇਸ ਉਪਰੰਤ ਤੁਸੀਂ ਅਪਲਾਈ ਹੇਅਰ ਲਿੰਕ ਦੀ ਮਦਦ ਨਾਲ ਜਿਸ ਵਿਸ਼ੇ ਅਤੇ ਕੈਟਾਗਰੀ ਵਿੱਚ ਅਪਲਾਈ ਕਰਨਾ ਚਾਹੁੰਦੇ ਤੋਂ ਉਸ ਵਿੱਚ ਅਪਲਾਈ ਕਰ ਸਕਦੇ ਹੋ ਇੱਕ ਤੋਂ ਵੱਧ ਵਿਸ਼ਾ ਜਾਂ categories ਵਿੱਚ ਵੀ ਅਪਲਾਈ ਕੀਤਾ ਜਾ ਸਕਦਾ ਹੈ ਅਪਲਾਈ ਹੇਅਰ ਲਿੰਕ ਅधीन ਪਰੀ ਗਈ ਜਾਣਕਾਰੀ ਨੂੰ ਚੈੱਕ ਕਰਕੇ ਅਪਰੂਵ ਕਰਨਾ ਜ਼ਰੂਰੀ ਹੈ ਉਹ ਪ੍ਰੂਵ ਕਰਨ ਉਪਰੰਤ ਹੀ ਬੈਂਕ ਚਲਾਨ ਦਾ ਬਟਨ ਆਵੇਗਾ ਬੈਂਕ ਚਲਾਨ ਜਨਰੇਟ ਕਰਕੇ ਪੰਜਾਬ ਨੈਸ਼ਨਲ ਬੈਂਕ ਦੀ ਕਿਸੇ ਵੀ ਸ਼ਾਖਾ ਵਿੱਚ ਫੀਸ ਜਮ੍ਹਾਂ ਕਰਵਾਈ ਜਾ ਸਕਦੀ ਹੈ ਜਮ੍ਹਾਂ ਹੋਣ ਤੋਂ 24 ਘੰਟੇ ਬਾਅਦ ਫੀਸ ਵਿਭਾਗ ਵੱਲੋਂ ਕਨਫਰਮ ਕਰ ਦਿੱਤੀ ਜਾਵੇਗੀ ਫੀਸ ਕਨਫਰਮ ਹੋਣ ਉਪਰੰਤ ਹੀ ਤੁਸੀਂ ਆਪਣਾ ਐਪਲੀਕੇਸ਼ਨ ਫਾਰਮ ਪ੍ਰਿੰਟ ਕਰ ਸਕਦੇ ਹੋ ਤੇ ਇਸ ਨੂੰ ਸੰਭ ਕੇ ਰੱਖਿਆ ਜਾਵੇ ਦੋਸਤੋ ਇਹ ਸ਼ਰਤਾਂ ਤੁਸੀਂ ਸਾਰੀਆਂ ਪੜ ਲੈਣੀਆਂ ਜਿਵੇਂ ਤੁਹਾਨੂੰ ਮੈਂ ਦੱਸਿਆ ਉਸ ਤੋਂ ਬਾਅਦ ਆਈ ਹੈਵ ਰੀਡ ਆਲ ਇਨਸਟਰਕਸ਼ਨ ਤੇ ਕਲਿੱਕ ਕਰਕੇ ਇੱਥੇ ਬਲੂ ਟਿੱਕ ਆ ਜਾਏਗਾ ਉਸ ਤੋਂ ਬਾਅਦ ਪ੍ਰੋਸੀਡ ਤੇ ਕਲਿੱਕ ਕਰਨਾ ਇਸ ਤੋਂ ਬਾਅਦ ਦੋਸਤੋ ਤੁਸੀਂ ਇੱਥੇ ਆਪਣੀ ਸਾਰੀ ਪ੍ਰੋਫਾਈਲ ਭਰਨੀ ਆ ਨੇਮ ਫਾਦਰ ਨੇਮ ਨੇਮ ਪਰ ਨਾ ਫਾਦਰ ਨੇਮ ਫਿਰ ਮਦਰ ਨੇਮ ਫਿਰ ਡੇਟ ਆਫ ਬਰਥ ਫਿਰ ਮੋਬਾਈਲ ਨੰਬਰ ਆਪਣਾ ਪੰਜਾਬੀ ਪਾਸਵਰਡ ਦੱਸਵੇਂ ਇਨ ਹਾਈਰ ਲੈਵਲ ਤੇ ਸਿਲੈਕਟ ਕਰਕੇ CSTET2 ਪਾਸਵਰਡ ਸਿਲੈਕਟ ਇੱਥੇ ES ਤੇ ਕਲਿੱਕ ਕਰਕੇ ਤੇ ਤੇ ਸੇਵਿੰਗ ਇਨ ਗਵਰਨਮੈਂਟ ਡਿਪਾਰਟਮੈਂਟ ਸਰਵਿੰਗ ਇਨ ਗਵਰਨਮੈਂਟ ਇੱਥੇ ਵੀ ਤੁਸੀਂ ਉਸ ਤੋਂ ਬਾਅਦ ਤੁਸੀਂ ਰਜਿਸਟਰਡ ਮੀ ਤੇ ਕਲਿੱਕ ਕਰ ਦੇਣਾ ਦੋਸਤੋ ਇਹ ਫਾਰਮ ਫਿਲ ਦੀ ਸਾਰੀ ਆਪਸ਼ਨਾਂ ਰਜਿਸਟਰ ਕਰਨ ਦੀ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਜਵੇਂ ਤੁਹਾਡੇ ਕੋਲ ਇਸ ਦਾ ਲੌਗਇਨ ਤੇ ਪਾਸਵਰਡ ਜਨਰੇਟ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਇੱਥੇ ਆਪਣਾ ਰਜਿਸਟਰਡ ਰਜਿਸਟ੍ਰੇਸ਼ਨ ਨੰਬਰ ਭਰਨਾ ਤੇ ਪਾਸਵਰਡ ਭਰਨਾ ਤੇ ਇਸ ਨੂੰ ਲੌਗ ਇਨ ਕਰ ਲੈਣਾ ਦੋਸਤੋ ਇਸ ਪੂਰੀ ਪ੍ਰਕਿਰਿਆ ਤੋਂ ਬਾਅਦ ਅਗਰ ਤੁਸੀਂ ਰਜਿਸਟਰ ਕਰ ਲਏ ਤਾਂ ਕਈ ਵਾਰ ਬਾਈ ਚਾਂਸ ਤੁਹਾਡਾ ਪਾਸਵਰਡ ਤੁਸੀਂ ਭੁੱਲ ਜਾਨੇ ਆ ਤਾਂ ਇੱਥੇ ਫੋਰਗਟ ਪਾਸਵਰਡ ਕਲਿੱਕ ਕਰ ਰਿਕਵਰ ਦੀ ਵੀ ਆਪਸ਼ਨ ਆ ਅਗਰ ਤੁਸੀਂ ਪਾਸਵਰਡ ਭੁੱਲ ਜਾਨਾ ਦੋਸਤੋ ਇਹ ਹੈ ਪੂਰੀ ਜਾਣਕਾਰੀ ਮੈਕ ਵੀ ਤੁਹਾਨੂੰ ਪਹਿਲਾਂ ਦੱਸ ਦਿੰਨਾ ਵੇਖ ਤੇ ਸਾਰੀਆਂ ਤੁਸੀਂ ਸਰਕਲ ਨੋਟੀਫਿਕੇਸ਼ਨ ਬਾਅਦ ਉਸ ਤੋਂ ਬਾਅਦ ਤੁਸੀਂ ਔਨਲਾਈਨ ਅਪਲਾਈ ਕਰਨ ਲਈ ਆਪਣੇ ਮੋਬਾਈਲ ਤੇ ਜਾਂ ਆਪਣੇ ਲੈਪਟਾਪ ਜਾਂ ਕੰਪਿਊਟਰ ਤੇ ਵੈਬਸਾਈਟ ਸਰਚ ਕਰਨੀ ਐਜੂਕੇਸ਼ਨ ਰਿਕੁਆਇਰਮੈਂਟ ਬੋਰਡ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਵੇਗਾ ਤੇ ਉੱਥੇ ਬਾ ਰਜਿਸਟਰ ਹੇਅਰ ਤੇ ਕਲਿੱਕ ਕਰਕੇ ਪੂਰੀ ਇਸ ਤੇ ਰਜਿਸਟ੍ਰੇਸ਼ਨ ਕਰ ਦੇਣੀ ਹੈ ਰਜਿਸਟ੍ਰੇਸ਼ਨ ਕਰਨੀ ਜ਼ਰੂਰੀ ਹੈ ਉਸ ਤੋਂ ਬਾਅਦ ਹੀ ਤੁਸੀਂ ਆਪਣਾ ਫਾਰਮ ਅਪਲਾਈ ਕਰ ਸਕਦੇ ਹੋ ਰਜਿਸਟ੍ਰੇਸ਼ਨ ਅਪਲਾਈ ਕਰਨ ਤੋਂ ਪਹਿਲਾਂ ਸਾਰਿਆਂ ਤੁਸੀਂ ਜੋ ਵੀ ਟਰਮ ਐਂਡ ਕੰਡੀਸ਼ਨਾਂ ਜੋ ਵੀ ਹਦਾਇਤਾਂ ਦਿੱਤੀਆਂ ਗਈਆਂ ਹੈਗਾਂ ਡਿਪਾਰਟਮੈਂਟ ਡਿਪਾਰਟਮੈਂਟ ਵੱਲੋਂ ਸਾਰਿਆਂ ਤੁਸੀਂ ਪੜ੍ਹ ਲੈਣੀਆਂ ਉਸ ਤੋਂ ਬਾਅਦ ਤੁਸੀਂ ਆਈ ਹੈਵ ਰੀਡ ਆਲ ਇਨਸਟ੍ਰਕਸ਼ਨ ਇਨਸਟ੍ਰਕਸ਼ਨ ਤੇ ਪ੍ਰੋਸੀਡ ਕਰਕੇ ਤੁਸੀਂ ਇਹ ਸਾਰਾ ਫਾਰਮ ਭਰ ਦੇਣਾ ਰਜਿਸਟ੍ਰੇਸ਼ਨ ਲਈ ਧਿਆਨ ਰੱਖਣਾ ਇਹ ਸਾਰੀ ਡਿਟੇਲ ਤੁਸੀਂ ਚੰਗੀ ਤਰ੍ਹਾਂ ਭਰਨੀ ਆ ਕੋਈ ਸ਼ਰਨ ਹੈ ਭਰਨ ਤੋਂ ਬਾਅਦ ਤੁਸੀਂ ਰਜਿਸਟਰ ਮੀ ਤੇ ਕਲਿੱਕ ਕਰਕੇ ਰਜਿਸਟਰ ਕਰ ਸਕਦੇ ਹੋ ਉਸ ਤੋਂ ਬਾਅਦ ਇੱਥੇ ਤੁਹਾਡੇ ਕੋਲੇ ਲੌਗਇਨ ਪਾਸਵਰਡ ਆ ਜਾਵੇਗਾ ਦੋਸਤੋ ਧਿਆਨ ਕਰਨਾ ਇਸ ਪ੍ਰੰਤ ਤੁਸੀਂ ਆਪਣੀ ਫੋਟੋ ਜੋ ਵੀ ਫੋਟੋ ਇੱਥੇ ਅਪਲੋਡ ਕਰਨੀ ਹੈ ਉਹ 40kb ਤੋਂ ਘੱਟ ਹੋਵੇ ਤੇ ਸਤਾਖਰ ਵੀ 25kb ਤੋਂ ਘੱਟ ਹੋਣੇ ਚਾਹੀਦੇ ਜੋ ਸਕੈਨ ਕਰਕੇ ਅਪਲੋਡ ਕੀਤੇ ਜਾਣਗੇ ਦੋਵੇਂ ਹੀ ਜੇਪੀਜੀ ਫਾਈਲ ਫਾਰਮੈਟ ਵਿੱਚ ਹੋਣੇ ਚਾਹੀਦੇ ਆ ਦੋਸਤੋ ਇਸ ਸੰਬੰਧੀ ਅਗਰ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਸਾਡੇ ਵਟਸਐਪ ਸਾਡੀ ਵੀਡੀਓ ਦੇ ਕਮੈਂਟ ਕਮੈਂਟ ਤੇ ਜਾ ਕੇ ਤੁਸੀਂ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ ਹੋ ਉਸ ਦੀ ਤੁਹਾਨੂੰ ਮੇਰੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚ ਜਾਵੇ ਧੰਨਵਾਦ